ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਆਪਾਂ ਇੱਕ ਵਾਰੀ ਫਿਰ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ। ਦੋਸਤੋ, ਇਹ ਫੋਟੋ 'ਚ ਦੇਖੋ ਪਹਿਲਾਂ ਤੁਹਾਨੂੰ ਕੀ ਦਿਖਾਈ ਦੇ ਰਿਹਾ। ਤੁਸੀਂ ਕਹੋਗੇ ਕਿ ਇਹ 'ਚ ਇੱਕ ਪਾਸੇ ਤਾਂ ਨਿੰਮ ਦੇ ਪੱਤੇ ਆ ਅਤੇ ਦੂਜੇ ਪਾਸੇ ਨਿੰਮ ਦੇ ਦਾਤਣਾ, ਤਾਂ ਤੁਸੀਂ ਬਿਲਕੁਲ ਸਹੀ ਕਿਹਾ। ਪਰ ਅਸਲ 'ਚ ਇਹ ਕੋਈ ਆਮ ਦਾਤਣ ਨਹੀਂ ਹੈਗੀ, ਇਹ ਬਹੁਤ ਜ਼ਿਆਦਾ ਖਾਸ ਦਾਤਣ ਹੈ। ਅਤੇ ਕੀ ਇਹਨਾਂ ਦੀ ਖਾਸੀਅਤ ਆ ਉਹ ਆਪਾਂ ਵੀਡੀਓ 'ਚ ਅੱਗੇ ਦੇਖਦੇ ਹਾਂ, ਇਸ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਦੋਸਤੋ, ਇਹ ਜਿਹੜੀ ਤੁਸੀਂ ਹੁਣ ਫੋਟੋ ਦੇਖ ਰਹੇ ਹੋ ਇਹ ਅਮਰੀਕਾ ਦੇ ਕਿਸੇ ਗਰੋਸਰੀ ਸਟੋਰ ਦੀ ਫੋਟੋ ਆ, ਅਤੇ ਇਹ ਨੇ ਉਹ ਦਾਤਣਾ। ਇਹ ਦਾਤਣਾ ਇੱਥੇ ਇਸ ਤਰ੍ਹਾਂ ਦੀ ਕੁਝ ਪੈਕਿੰਗ ਕਰਕੇ ਵਿਕ ਰਹੀਆਂ ਨੇ, ਅਤੇ ਤੁਸੀਂ ਦੇਖ ਲਓ ਵੀ ਤਕਰੀਬਨ 6 ਦਾਤਣਾ ਨੇ। ਅਤੇ ਜਦੋਂ ਇਹਨਾਂ ਤੁਸੀਂ ਉੱਪਰ ਪ੍ਰਾਈਸ ਟੈਗ ਦੇਖੋਗੇ ਤਾਂ ਤੁਸੀਂ ਵੀ ਹੈਰਾਨ ਹੋ ਜਾਣਾ ਗਾ। ਇਹ 6 ਦਾਤਣਾ ਲਗਭਗ $10 ਦੇ ਕਰੀਬ ਵਿਕ ਰਹੀਆਂ ਨੇ। $10 ਦੇ ਤੁਸੀਂ ਮੰਨ ਲਓ ਵੀ ਆਪਣੇ ਇੰਡੀਆ ਦੇ ਬਣ ਗਏ ਆਲਮੋਸਟ 700 ਰੁਪਈਏ ਦੇ ਨੇੜ। ਸੋ ਇੱਥੇ 6 ਦਾਤਣਾ 700 ਰੁਪਈਏ ਦੇ ਵਿਕ ਰਹੀਆਂ ਨੇ, ਕਾਫੀ ਹੈਰਾਨੀ ਦੀ ਗੱਲ ਆ। ਮੈਨੂੰ ਵੀ ਜਦੋਂ ਇਹਦੇ ਬਾਰੇ ਪਤਾ ਲੱਗਿਆ ਮੈਂ ਵੀ ਕਾਫੀ ਹੈਰਾਨ ਹੋਇਆ। ਫਿਰ ਮੈਂ ਜਦੋਂ ਇਹਦੇ ਬਾਰੇ ਹੋਰ ਸਰਚ ਕੀਤਾ ਮੈਂ ਦੇਖਿਆ ਵੀ ਆਹ ਇੱਕ ਹੋਰ ਅਮਰੀਕਾ ਦੀ ਸਾਈਟ ਦਾ ਸਕਰੀਨਸ਼ੋਟ ਆ, ਇੱਥੇ ਦਾਤਣਾ ਵਿਕ ਰਹੀਆਂ ਨੇ $12 'ਚ। $12 ਵੀ ਬਣ ਗਏ 800-900 ਰੁਪਈਏ ਵਾਂਗੂ ਬਣ ਗਿਆ। ਸੋ ਸੋਚਣ ਵਾਲੀ ਗੱਲ ਹੈਗੀ ਇਹਦੇ ਬਾਰੇ। ਅਤੇ ਇਹ ਤੋਂ ਇਲਾਵਾ ਇੱਕ ਹੋਰ ਵੈਬਸਾਈਟ ਹੈਗੀ ਅਮਰੀਕਾ ਦੀ, ਉਹਦਾ ਹੀ ਮੈਂ ਸਕਰੀਨਸ਼ੋਟ ਲਿੱਤਾ ਸੀ, ਉਹਦੀ ਵੀ ਤੁਹਾਨੂੰ ਮੈਂ ਅੱਗੇ ਫੋਟੋ ਦਿਖਾਉਣਾ ਗਾ। ਅਤੇ ਆਹ ਗਈ ਉਹ ਦੂਸਰੀ ਸਾਈਟ, ਇੱਥੇ ਦਾਤਣਾ ਵਿਕ ਰਹੀਆਂ ਨੇ ਲਗਭਗ $25 ਦੇ ਕਰੀਬ। $25 17-1800 ਰੁਪਈਏ ਵਾਂਗੂ ਬਣ ਜੂਗਾ। ਅਤੇ ਇਹ ਤੋਂ ਇਲਾਵਾ ਇਕੱਲੇ ਅਮਰੀਕਾ 'ਚ ਹੀ ਨਹੀਂ, ਆਪਣੀ ਇੰਡੀਆ ਦੀ ਵੈਬਸਾਈਟ ਹੈਗੀ ਫਲਿੱਪਕਾਰਟ, ਇਹ ਉਹਦਾ ਸਕਰੀਨਸ਼ੋਟ ਆ, ਇੱਥੇ ਵੀ ਇਹ 50 ਦਾਤਣਾ ਦਾ ਪੈਕ $265 ਰੁਪਈਆਂ ਦਾ ਵਿਕ ਰਿਹਾ ਹੈਗਾ। ਸੋ ਚਲੋ, ਇੱਥੋਂ ਤੱਕ ਤਾਂ ਇਹ ਗੱਲ ਨੋਰਮਲ ਹੈਗੀ, ਕੋਈ ਜ਼ਿਆਦਾ ਸੋਚਣ ਵਾਲੀ ਗੱਲ ਨਹੀਂ। ਪਰ ਇੱਕ ਗੱਲ ਨੋਟ ਕਰੋ, ਆਪਣੇ ਪੰਜਾਬ 'ਚ ਤਾਂ ਨਿੰਮਾਂ ਕਿੰਨੀਆਂ ਸਾਰੀਆਂ ਨੇ, ਪਰ ਆਪਾਂ ਇਹਨਾਂ ਦੀ ਵਰਤੋਂ ਨਹੀਂ ਕਰਨੀ। ਇਹਦੀ ਵਰਤੋਂ ਨਾ ਕਰਨ ਦੇ ਮੇਰੇ ਖਿਆਲ 'ਚ 2 ਕਾਰਨ ਹੋ ਸਕਦੇ ਆ। ਪਹਿਲਾ ਤਾਂ ਵੀ ਆਪਣੇ ਕੋਲ ਕੋਲਗੇਟ, ਪੈਪਸੂਡੈਂਟ, ਕਲੋਜ਼ ਅਪ, ਪਤੰਜਲੀ, ਇਹੋ ਜਿਹੇ ਕਿੰਨੇ ਬ੍ਰੈਂਡ ਆ ਗਏ। ਆਪਾਂ ਇਹਨਾਂ ਦਾਤਣਾਂ ਨੂੰ ਨਹੀਂ ਵਰਤਣਾ, ਆਪਾਂ ਜਿਹੜੇ ਉਹ ਬਾਹਰਲੇ ਬ੍ਰੈਂਡ ਆ ਆਪਾਂ ਸਿਰਫ ਉਹਨਾਂ ਦੀ ਵਰਤੋਂ ਕਰਨੀ ਆ। ਇਹ ਤੋਂ ਬਿਨਾਂ ਦੂਜਾ ਵੱਡਾ ਕਾਰਨ ਹੋ ਸਕਦਾ ਵੀ ਆਪਣਾ, ਤੁਹਾਨੂੰ ਪਤਾ ਦੇਸ਼ ਅਮੀਰ ਹੀ ਬਹੁਤ ਜ਼ਿਆਦਾ ਹੈਗਾ, ਪੈਸੇ ਹੀ ਬਹੁਤ ਜ਼ਿਆਦਾ ਆਪਣੀ ਕੰਟਰੀ 'ਚ, ਆਪਾਂ ਤਾਂ ਕਰਕੇ ਸਸਤੀਆਂ ਚੀਜ਼ਾਂ ਤਾਂ ਵਰਤ ਨਹੀਂ ਸਕਦੇ। ਆਪਾਂ ਇਦੋਂ ਵੱਧ ਖਰਚ ਕਰਕੇ ਬਾਹਰਲੇ ਬ੍ਰੈਂਡ ਦੇ ਉਹ ਟੁੱਥਪੇਸਟ ਹੀ ਵਰਤ ਸਕਦੇ ਹਾਂਗੇ। ਸੋ ਦੋਸਤੋ, ਇਹਨਾਂ ਚੀਜ਼ਾਂ ਬਾਰੇ ਹੁਣ ਆਪਾਂ ਨੂੰ ਸੋਚਣ ਦੀ ਲੋੜ ਆ, ਕਿਉਂਕਿ ਬਾਹਰ ਲੋਕ ਵਿਦੇਸ਼ਾਂ 'ਚ ਇੰਨੇ ਇੰਨੇ ਪੈਸੇ ਖਰਚ ਕੇ ਸਿਰਫ ਨੈਚੁਰਲ ਚੀਜ਼ਾਂ ਨੂੰ ਵਰਤ ਰਹੇ ਹੈਗੇ, ਪਰ ਆਪਾਂ ਮਸ਼ਹੂਰੀਆਂ ਦੇਖ ਕੇ ਕਮਲੇ ਹੋਏ ਸਿਰਫ ਬ੍ਰੈਂਡ ਹੀ ਵਰਤਦੇ ਹਾਂ। ਸੋ ਇਹਨਾਂ ਦੇ ਕਾਫੀ ਜ਼ਿਆਦਾ ਫਾਇਦੇ ਵੀ ਹੈ ਨੈਚੁਰਲ ਚੀਜ਼ਾਂ ਦੇ। ਸੋ ਮੈਂ ਤਾਂ ਤੁਹਾਨੂੰ ਉਹਨੇ ਅਜੇ ਗਿਣਾ ਨਹੀਂ ਸਕਦਾ, ਤੁਸੀਂ ਇਹਦੇ ਬਾਰੇ ਤਾਂ ਆਪਣੇ ਘਰ ਦੇ ਕਿਸੇ ਬਜ਼ੁਰਗ ਨੂੰ ਜਾਂ ਪਿੰਡ 'ਚ ਕਿਸੇ ਬਜ਼ੁਰਗ ਤੋਂ ਪੁੱਛ ਲਿਓ, ਮੈਥੋਂ ਜ਼ਿਆਦਾ ਤਾਂ ਉਹ ਗਿਣਾ ਦੇਣਗੇ। ਸੋ ਇੱਕ ਦੋ ਜੋ ਮੈਨੂੰ ਪਤਾ ਗਏ ਉਹਦੇ ਬਾਰੇ ਮੈਂ ਤੁਹਾਨੂੰ ਅੱਗੇ ਵੀਡੀਓ 'ਚ ਦੱਸਦਾ। ਇਸ ਲਈ ਇੱਕ ਵਾਰੀ ਹੁਣ ਆਪਣੇ ਵੀਡੀਓ ਨੂੰ ਲਾਈਕ ਕਰ ਦਿਉ, ਅਤੇ ਆਪਣਾ ਚੈਨਲ ਹੈਗਾ ਜਸ ਧਾਲੀਵਾਲ ਉੱਗੋਗੇ, ਇਹਨੂੰ ਯੂਟਿਊਬ 'ਤੇ ਸਰਚ ਕਰਕੇ ਇਹਨੂੰ ਵੀ ਸਬਸਕ੍ਰਾਈਬ ਕਰ ਲਓ, ਕਿਉਂਕਿ ਇਹੋ ਜਿਹੇ ਵਧੀਆ ਵਧੀਆ ਵੀਡੀਓ ਮੈਂ ਇਹ 'ਤੇ ਅਪਲੋਡ ਕਰਦੇ ਹੀ ਰਹਿੰਦਾ। ਸੋ ਚਲੋ, ਇਹ ਸਭ ਤੋਂ ਬਾਅਦ ਤੁਹਾਨੂੰ ਇਹਦੇ ਜਿਹੜੇ ਇੱਕ ਦੋ ਫਾਇਦੇ ਹੈਗੇ ਉਹ ਤੁਹਾਨੂੰ ਮੈਂ ਦੱਸ ਦਿੰਦਾ। ਪਹਿਲਾਂ ਤਾਂ ਇਹ ਆਪਣੇ ਬੋਡੀ 'ਚ ਸ਼ੂਗਰ ਕੰਟਰੋਲ ਕਰਦੇ ਆ, ਜਿਹੜੇ ਸ਼ੂਗਰ ਦੇ ਮਰੀਜ਼ ਆ ਉਹਨਾਂ ਨੂੰ ਇਹਨਾਂ ਤੋਂ ਕਾਫੀ ਜ਼ਿਆਦਾ ਬੈਨੀਫਿਟ ਮਿਲਦਾ ਗਾ। ਅਤੇ ਇਹ ਤੋਂ ਇਲਾਵਾ ਇੱਕ ਜਿਹੜਾ ਇਹਦਾ ਵੱਡਾ ਫਾਇਦਾ ਗਾ, ਜੇ ਕੋਈ ਆਪਣਾ ਦੋਸਤ ਮਿੱਤਰ ਸਮੋਕਿੰਗ ਕਰਦਾ ਤਾਂ ਉਹਨੂੰ ਪਹਿਲਾਂ ਤਾਂ ਰਿਕੁਐਸਟ ਕਰ ਦਿਉ ਵੀ ਬਾਈ ਛੱਡ ਦੇ, ਵਧੀਆ ਚੀਜ਼ ਨਹੀਂ। ਅਤੇ ਇਹ ਤੋਂ ਇਲਾਵਾ ਜੇ ਆਪਾਂ ਦਾਤਣਾਂ ਦੀ ਵਰਤੋਂ ਵੀ ਕਰਾਂਗੇ ਤਾਂ ਇਹਨੇ ਆਪਣੇ ਜੋ ਕਿਸੇ ਦੇ ਬੋਡੀ 'ਚ ਸਮੋਕਿੰਗ ਵਾਲੇ ਕੀੜੇ ਹੁੰਦੇ ਹੈਗੇ ਇਹਨੇ ਉਹਨਾਂ ਨੂੰ ਆਪਣੇ ਆਪ ਹੀ ਖਤਮ ਕਰ ਦੇਣਾ ਗਾ। ਸੋ ਸਮੋਕਿੰਗ ਵੀ ਇਹ ਛੁਡਾ ਸਕਦੀ ਹੈ ਬੰਦੇ ਦੀ। ਅਤੇ ਇਹ ਤੋਂ ਇਲਾਵਾ ਹੋਰ ਵੀ ਅਨੇਕਾਂ ਫਾਇਦੇ ਹੈਗੇ ਇਹਦੇ, ਉਹ ਤੁਹਾਨੂੰ ਨੈੱਟ ਤੋਂ ਸਰਚ ਕਰ ਲਿਓ, ਇਹਦੇ ਬਾਰੇ ਸਭ ਕੁਛ ਮਿਲ ਜੂਗਾ। ਅਤੇ ਹੁਣ ਕਿਵੇਂ ਦੀ ਲੱਗੀ ਇਹ ਵੀਡੀਓ
ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਇਹਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ।